ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਹੋਣਾ ਸਪਸ਼ਟ ਕਰ ਦਿੱਤਾ ਕਿ ਜਦ ਤੱਕ ਉਹਨਾਂ ਦੇ ਧੜੇ ਨਾਲ ਸੰਬੰਧ ਰੱਖਣ ਵਾਲਿਆਂ ਨੂੰ ਕਾਂਗਰਸ ਪਾਰਟੀ ਮਾਣ ਸਨਮਾਨ ਦੇ ਨਾਲ ਵਾਪਸ ਨਹੀਂ ਬੁਲਾਉਂਦੀ ਤਦ ਤੱਕ ਉਹ ਚੋਣ ਪ੍ਰਚਾਰ ਦਾ ਹਿੱਸਾ ਨਹੀਂ ਬਣਨਗੇ। ਬੀਤੇ ਦਿਨ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਕਿਹਾ ਕਿ ਜਲਦ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਦੇ ਦੌਰਾਨ ਪ੍ਰਚਾਰ ਸ਼ੁਰੂ ਕਰਨਗੇ। ਲੇਕਿਨ ਜਿਹੜੀ ਸਾਨੂੰ ਜਾਣਕਾਰੀ ਮਿਲੀ ਆ ਉਸ ਜਾਣਕਾਰੀ ਮੁਤਾਬਕ ਅੱਜ ਨਵਜੋਤ ਸਿੰਘ ਸਿੱਧੂ ਦਾ ਧੜਾ ਇੱਕ ਵਾਰ ਫਿਰ ਇਕੱਠਾ ਹੋਇਆ, ਉਹਦੇ 'ਚ ਵਿਚਾਰਾਂ ਕੀਤੀਆਂ ਗਈਆਂ ਨੇ ਅਤੇ ਨਾਲ ਦੀ ਨਾਲ ਫੈਸਲਾ ਲਿਆ ਗਿਆ ਕਿ ਰਾਹੁਲ ਗਾਂਧੀ ਦੀ ਟੀਮ ਜਾਂ ਰਾਹੁਲ ਗਾਂਧੀ ਜਾਂ ਹਾਈਕਮਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਵੱਲੋਂ ਉਹਨਾਂ ਦੇ ਸਮਰਥਕਾਂ ਨੂੰ ਕੱਢਿਆ ਗਿਆ ਅਤੇ ਜੇ ਹਾਈਕਮਾਨ ਮਾਣ ਸਨਮਾਨ ਬਹਾਲ ਕਰਦੀ ਹੈ ਤਾਂ ਉਹ ਚੋਣ ਪ੍ਰਚਾਰ ਕਰਨਗੇ। ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਸਾਨੂੰ ਬਹਾਲੀ ਨਹੀਂ ਚਾਹੀਦੀ। ਇਸ ਮਸਲੇ ਦੇ 'ਚ ਨਵਜੋਤ ਸਿੰਘ ਸਿੱਧੂ ਦੇ ਸਾਥੀ ਸਾਬਕਾ ਵਿਧਾਇਕ ਸੁਰਜੀਤ ਸਿੰਘ ਧਮਾਣ ਹੋਣਾ ਦੇ ਨਾਲ ਗੱਲਬਾਤ ਕੀਤੀ। ਉਹਨਾਂ ਸਪਸ਼ਟ ਕਰ ਦਿੱਤਾ ਕਿ ਜਦ ਤੱਕ ਜਿਹੜੇ ਉਮੀਦਵਾਰ ਕੱਢੇ ਨੇ ਉਹਨਾਂ ਦੀ ਬਹਾਲੀ ਨਹੀਂ ਹੁੰਦੀ ਤਦ ਤੱਕ ਸਾਡਾ ਕੋਈ ਵੀ ਲੀਡਰ ਚੋਣ ਪ੍ਰਚਾਰ ਦਾ ਹਿੱਸਾ ਨਹੀਂ ਬਣਨਗੇ। ਅਤੇ ਮਾਨ ਸਾਹਿਬ, ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਸਟੇਟਮੈਂਟ ਆਈ ਹੈ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਗੁਰਜੀਤ ਸਿੰਘ ਔਜਲਾ ਦੇ ਹੱਕ 'ਚ ਪ੍ਰਚਾਰ ਕਰਨ ਵਾਸਤੇ ਜਲਦ ਅੰਮ੍ਰਿਤਸਰ ਜਾ ਰਹੇ ਨੇ ਅਤੇ ਤੁਸੀਂ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਕਾਫੀ ਕਰੀਬੀ ਸਾਥੀ ਹੋ ਜੋ ਮੰਨੇ ਜਾਂਦੇ, ਕੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਹੈ ਜੀ? ਦੇਖੋ ਬਾਈ ਜੀ, ਇਹ ਨਾ ਪੰਜਾਬ ਦੇ ਜਿਹੜੇ ਲੀਡਰ ਨੇ ਆਪਣੇ ਆਪ ਸੁਭਾਵਾਂ ਨੇ ਜੀ, ਮਨ ਘੜਤ ਗੱਲਾਂ ਕਹਿ ਲਈ ਜੀ। ਅਸੀਂ ਕਾਂਗਰਸੀ ਸੀ, ਕਾਂਗਰਸੀ ਰਹਾਂਗੇ, ਪਹਿਲੀ ਗੱਲ ਤਾਂ ਇਹ ਹੈ ਜੀ। ਦੂਜੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜੀ ਜਿੰਨਾ ਚਿਰ ਤੱਕ ਦਿੱਲੀ ਦੀ ਹਾਈਕਮਾਂਡ ਰਾਹੁਲ ਗਾਂਧੀ ਜੀ ਇਹਨਾਂ ਦੇ ਗਰੁੱਪ ਨੂੰ ਸੱਦ ਕੇ ਮਾਣ ਸਨਮਾਨ ਨਹੀਂ ਦਿੰਦੇ, ਬਹਾਲ ਨਹੀਂ ਕਰਦੇ, ਉਹਨਾਂ ਚਿਰ ਤੱਕ ਅਸੀਂ ਕਾਂਗਰਸ ਪਾਰਟੀ ਦਾ ਪ੍ਰਚਾਰ ਨਹੀਂ ਕਰਦੇ। ਨਾ ਸਿੱਧੂ ਸਾਹਿਬ ਜਨ ਪ੍ਰਚਾਰ ਤੇ ਨਾ ਸਾਡਾ ਗਰੁੱਪ ਜਾਵੇ। ਤੁਹਾਡੇ ਗਰੁੱਪ 'ਚ ਕੌਣ ਕੌਣ ਨੇ ਜੀ? ਸਾਡੇ ਗਰੁੱਪ ਹੈਗੇ ਕੋਈ 7 ਬੰਦੇ ਸੀ ਹੈਗੇ ਜੀ। ਨਹੀਂ, ਉਹਦੇ 'ਚ ਤੁਸੀਂ ਹੋ ਗਏ, ਉਹਦੇ 'ਚ ਨਵਜੋਤ ਸਿੰਘ ਸਿੱਧੂ ਸਾਹਿਬ ਹੋ ਗਏ, ਮੈਂ ਦੇਖੋ ਧਮਾਣ ਹੋ ਗਿਆ, ਸਿੱਧੂ ਤਾਂ ਹੈਗਾ ਹੀ ਹੈ ਜੀ, ਲਾਡੀ ਜੀ, ਲਾਡੀ ਜੀ ਹੋ ਗਏ, ਲਾਡੀ ਜੀ ਲਾਡੀ ਆਪਣੇ ਬਠਿੰਡੇ ਤੋਂ ਜੀ ਜੀ ਜੀ, ਅਰਵਿੰਦ ਮਾਨ ਸਹਿਜਾ ਸਾਹਿਬ ਹੋ ਗਏ ਜੀ, ਮਹੇਸ਼ਿੰਦਰ ਜੀ, ਮਹੇਸ਼ਿੰਦਰ ਸਾਹਿਬ ਦਾ ਬੇਟਾ ਹੈ ਡੀਪੀ ਜੀ, ਤੇ ਉਹ ਆਪਣਾ ਮੁੰਡਾ ਸੈਰੀ ਸੈਰੀ ਰੇੜ ਹੈ ਜਿਹੜਾ ਜੀ ਜੀ, ਤੇ ਕੋ ਪ੍ਰਧਾਨ ਹੈ ਪਟਿਆਲੇ ਦਾ ਕੋਈ ਲਾਲੀ ਜੀ, ਠੀਕ ਹੈ ਜੀ। ਇਸ ਤਰ੍ਹਾਂ ਇੱਕ ਮੁੰਡਾ ਅਟਵਾਲ ਦਾ ਹਾਈਕਮਾਂਡ ਮਤਲਬ ਜੇ ਰਾਹੁਲ ਗਾਂਧੀ ਸਾਹਿਬ ਹੀ ਮਾਣ ਸਨਮਾਨ ਕਰਨ ਫਿਰ ਪ੍ਰਚਾਰ ਕਰਨ ਤੇ ਰਾਜਾ ਅਮਰਿੰਦਰ ਸਿੰਘ ਵੜਿੰਗ ਜੇ ਬਹਾਲ ਕਰਨ ਫਿਰ ਨਹੀਂ ਤੁਸੀਂ ਪ੍ਰਚਾਰ ਕਰਨ ਜਾਓ? ਮਤਲਬ ਤੁਸੀਂ ਪੰਜਾਬ ਵਾਲਿਆਂ ਨੂੰ ਲੀਡਰ ਨਹੀਂ ਮੰਨਦੇ, ਹਾਈਕਮਾਨ ਨਹੀਂ ਮੰਨਦੇ? ਪਰ ਜਿਵੇਂ ਅੱਜ MLA ਰਹਿ ਚੁੱਕੇ ਨੇ ਪਿਰਮਲ ਸਿੰਘ ਸਾਹਿਬ, ਉਹਨਾਂ ਦੀ ਤੇ ਵਾਪਸੀ ਹੋ ਗਈ, ਉਹ ਤੇ ਰਾਜਾ ਅਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਨੇ ਕਰਾਈ ਜੀ? ਸਾਨੂੰ
ਐਡੀ ਕਾਹਲ ਤਾਂ ਸਾਨੂੰ ਵੀ ਨਹੀਂ ਹੈ ਨਾ ਜੀ ਜਾਣ ਦੀ ਜੀ। ਪਰ ਤੁਹਾਨੂੰ ਲੱਗਦਾ ਨੀ ਇਸ ਮੌਕੇ ਪਾਰਟੀ ਦੇ ਨਾਲ ਖੜੇ ਹੋਣਾ ਚਾਹੀਦਾ ਜੀ? ਭਾਈ ਜੀ ਪਾਰਟੀ ਦੇ ਜੇ ਪਾਰਟੀ ਖੜਾ ਹੋ ਤਾਂ ਹੀ ਖੜਾਂਗੇ ਨਾ ਜੀ। ਪਹਿਲੀ ਗੱਲ ਇਹ ਸਮਝ ਨਹੀਂ ਆ ਰਹੀ ਜਿਹੜੇ ਲੀਡਰ ਫੈਲਾ ਰਹੇ ਨੇ, ਜਦੋਂ ਨਵਜੋਤ ਸਿੰਘ ਨੂੰ ਸਿੱਧੂ ਉਹਦਾ ਗਰੁੱਪ ਸਰਗਰਮੀ ਕਰ ਰਹੇ ਤੇ ਪੰਜਾਬ ਦੇ ਲੋਕ ਆਪਣੇ ਸਰਕਾਰ ਨੂੰ ਲਾਬੰਦ ਕਰ ਰਹੇ ਤੇ ਜੀ, ਉਦੋਂ ਤਾਂ ਇਹਨਾਂ ਨੇ ਕਹਿ ਕੇ ਉਹਨਾਂ ਨੂੰ ਰੇਂਜੇ ਬੰਦ ਕਰਾਤੀਆਂ, ਔਰ ਕੁਛ ਬੰਦੇ ਸਾਡੇ ਸਸਪੈਂਡ ਵੀ ਕੀਤੇ ਇਹਨਾਂ ਨੇ ਹਰੇ ਕੇਂਦਰ ਦਰਬਾਰ ਜਿਵੇਂ ਉਹ ਬਾਗੇ ਪੁਰਾਣੇ ਵਾਲੇ ਕਿਹੜਾ ਤੇ ਉਹ ਸਿੰਦਰਨੇਸ਼ਨ ਦਾ ਬੇਟਾ ਸੀ ਹਨਾ ਜੀ। ਤੇ ਅੱਜ ਮੈਨੂੰ ਸਮਝ ਨੀ ਆਉਂਦੀ ਵੀ ਉਹਨੂੰ ਸਰਗਰਮੀ ਸਮਝਦੇ ਤੇ ਪ੍ਰਚਾਰ ਸਮਝਦੇ ਤੇ ਜਾਂ ਚੰਦ ਬੰਦਿਆਂ ਵਾਸਤੇ ਅੱਜ ਪ੍ਰਚਾਰ ਕਰਵਾਉਣ ਦੀ ਗੱਲ ਕਰੇਗੇ, ਅੱਜ ਉਹਨੂੰ ਪ੍ਰਚਾਰ ਸਮਝਣਗੇ ਜੀ, ਇਹ ਸਪਸ਼ਟ ਕਰਨਾ ਹੁੰਦਾ ਜੀ। ਪਰ ਤੁਹਾਡੇ ਨਾਲ ਦੇ ਗੁਰੂ ਕਾਫੀ ਵੱਡੇ, ਲਾਲ ਸਿੰਘ ਸਾਹਿਬ ਆ ਗਏ ਸੀ, ਉਹਨਾਂ ਦਾ ਲੜਕਾ ਕਾਕਾ ਰਜਿੰਦਰ ਸਿੰਘ ਆ ਗਏ ਸੀ, ਨਵਤੇਜ ਸਿੰਘ ਚੀਮਾ ਆ ਗਏ, ਉਹ ਤੁਹਾਨੂੰ ਲੱਭਦੇ ਨੀ ਤੁਹਾਡੇ ਨਾਲੋਂ ਜੀ? ਵੀਰ ਜੀ ਇਹ ਕੋਈ ਪੁਰਾਣੀਆਂ ਗੱਲਾਂ ਹੋ ਗਈ, ਜਦੋਂ ਪਹਿਲਾਂ ਸਟਾਰਟਿੰਗ ਹੋਈ ਹੈ ਉਹਦੇ ਵਿੱਚ ਇਹਦੇ ਚ ਮਰਜੀ ਬੜੇ ਨੇ ਜਿਹੜੇ 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 ਮਰ ਕੇ ਖੜਨ ਵਾਲੇ ਨੇ ਉਹ ਰਹੇ ਜੀ, ਜਿਹੜੇ ਸਵਾਰਥੀ ਦੇ ਸਭ ਸਾਈਡ ਤੇ ਹੋ ਗਏ। ਪਰ ਮੈਨੂੰ ਲੱਗਦਾ ਨੀ ਪਾਰਟੀ ਨੂੰ ਇਕੱਠੇ ਹੁੰਦੀ ਲੋੜ ਹੈ ਜੀ? ਭਾਈ ਜੀ ਪਾਰਟੀ ਨੂੰ ਇਕੱਠੀ, ਜੇ ਅਸੀਂ ਦੇਖੋ ਮੈਂ ਪਹਿਲਾਂ ਕਿਹਾ ਕਿ ਲੋਕ ਕੋਈ ਪਾਰਟੀ ਛੱਡ ਰਹੇ ਨੇ, ਪਰ ਅਸੀਂ ਕਿਸੇ ਨੇ ਪਾਰਟੀ ਛੱਡੀ ਨਾ ਛੱਡੀ ਜੀ, ਪਾਰਟੀ ਨੇ ਸਾਨੂੰ ਕੱਢਿਆ ਕੱਢੇ ਅਸੀਂ ਕੰਮ ਤਾਂ ਦੇਖੋ ਹੈ ਤਾਂ ਕਾਂਗਰਸ ਹੀ ਨਾ ਜੀ ਜੀ, ਕੋਈ ਅਹੁਦੇ ਨੂੰ ਥੋੜੋ ਕਾਂਗਰਸ ਹੀ ਹੁੰਦਾ ਜੀ ਜੀ। ਪਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਸਟੇਟਮੈਂਟ ਆਈ ਹੈ, ਉਹ ਤੁਹਾਡੀ ਪਰਸਨਲ ਗੱਲ ਹੋਈ ਉਹਨਾਂ ਦੇ ਨਾਲ ਜੀ ਕਿ ਨਹੀਂ? ਨਹੀਂ ਜੀ, ਮੈਂ ਨਾਮ ਤਾਂ ਪਹਿਲੀ ਮੁੜਿਆ ਨਾ, ਮੈਂ ਗੱਲ ਦੇਖਣਾ ਕਰਦਾ ਹੁੰਦਾ ਜੀ। ਅੱਛਾ, ਪਤਾ ਲੱਗਾ ਕਿ ਅੱਜ ਫੇਰ ਤੁਸੀਂ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਘਰ ਇਕੱਠੇ ਹੋਏ ਜੀ, ਕਾਫੀ ਜਾਣੇ ਬਿਲਕੁਲ ਮਿਲਣ ਗਏ ਤੇ ਜਦੋਂ ਤੀਨ ਦਿਨਾਂ ਬਾਅਦ ਆਏ ਤੇ ਉਹ ਬਾਹਰੋਂ ਜੀ, ਉਹਨਾਂ ਨੂੰ ਸਾਥੀ ਮਿਲ ਅਸੀਂ ਮਿਲਣ ਗਏ ਤੇ ਲੰਚ ਵਗੈਰਾ ਉਹਨਾਂ ਦੇ ਕਰੇ ਜਾ ਕੇ ਵਿਚਾਰਾਂ ਵੀ ਹੋਈਆਂ ਫਿਰ ਲੋਕ ਸਭਾ ਚੋਣਾਂ ਕਰਕੇ ਜੀ। ਤੁਹਾਡਾ ਰੋਸਾ ਹਾਈਕਮਾਨ ਤੱਕ ਪਹੁੰਚ ਗਿਆ ਜੀ? ਪਹੁੰਚੇ ਜਾਂ ਨਾ ਪਹੁੰਚੇ ਇਹ ਤਾਂ ਦੇਖੋ ਉਹਨਾਂ ਦਾ ਕੰਮ ਹੈ, ਬੰਦੇ ਚੱਲ ਨੀ ਰਹੇ ਕਿਉਂ ਨੀ ਚੱਲ ਰਹੇ ਇਹ ਤਾਂ ਉਹ ਦੇਖਣ ਨਾ, ਮੈਂ ਪਹਿਲਾਂ ਕਿਹਾ ਭੱਲੇ ਸਾਹਿਬ ਸਾਨੂੰ ਕੋਈ ਕਹਾਣੀ ਨਹੀਂ ਹੈਗੀ ਜੀ। ਪਰ ਜੇ ਕੱਲ ਨੂੰ ਕਾਂਗਰਸ ਦੇ ਮਾੜੇ ਰਿਜ਼ਲਟ ਆਉਂਦੇ ਫਿਰ ਵੀ ਤੇ ਪਛਤਾਵਾ ਹੋਊਗਾ? ਕੋਈ ਪਛਤਾਵਾ ਨਹੀਂ, ਕਾਹਦਾ ਪਛਤਾਵਾ ਜੀ? ਅੱਛਾ ਜੀ, ਜਿਹੜੇ ਹਾਲ ਨੇ ਸਾਡੀ ਸਾਡੀ ਪੰਜਾਬ ਦੀ ਲੀਡਰਸ਼ਿਪ ਤੋਂ ਦਿਸੀ ਰਿਹਾ ਰਿਜ਼ਲਟ ਤਾਂ ਜਿਹੜੇ ਉਹਨੇ ਸਾਹਮਣੇ ਨੇ ਕੰਮ ਤੇ ਲਿਖਿਆ ਸੱਚਾ ਤਾਂ ਤੁਹਾਨੂੰ ਚੰਗੇ ਸੰਕੇਤ ਨੀ ਮਿਲ ਰਹੇ ਰਿਜ਼ਲਟਾਂ ਨੂੰ ਲੈ ਕੇ ਜੀ? ਨਵਜੋਤ ਸਿੰਘ ਸਿੱਧੂ ਸਾਹਿਬ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਚੋਣ ਪ੍ਰਚਾਰ ਦੇ ਵਿੱਚ? ਦੇਖੋ ਜਿਹੜੇ ਬੰਦੇ ਆ ਰਹੇ ਜੇ ਮਹਿਸੂਸ ਕਰਦੇ ਤਾਂ ਹੀ ਹੈ ਨਾ ਜੀ, ਜੇ ਕਮੀ ਮਹਿਸੂਸ ਕਰਦੇ ਤਾਂ ਹੀ ਗੱਲਾਂ ਕਰ ਰਹੇ ਨੇ ਫਾਰਵਰਡ ਵਾਲੇ ਨੇ ਛੇਤੀ ਚੋਣ ਪ੍ਰਚਾਰ ਵਾਸਤੇ ਸਿੱਧੂ ਸਾਹਿਬ ਆਉਣਗੇ ਜੀ ਜੀ ਜੀ। ਸਿੱਧੂ ਸਾਹਿਬ ਦਾ ਕੋਈ ਰੋਸਾ ਨੀ, ਸਿੱਧੂ ਸਾਹਿਬ ਇਹ ਕਹਿੰਦਾ ਕਿ ਮੇਰਾ ਜਿਹੜਾ ਗਰੁੱਪ ਹੈ ਅਸੀਂ ਸਰਗਰਮੀ ਕਰੀ ਸੀ, ਮੇਰੇ ਗਰੁੱਪ ਨੂੰ ਤੁਸੀਂ ਸਸਪੈਂਡ ਕੀਤਾ, ਪਾਰਟੀ ਚੋਂ ਕੱਢੇ ਬੰਦੇ ਸਾਡੇ, ਉਹਨਾਂ ਨੂੰ ਬਹਾਲ ਕਰ ਲਓ, ਮੇਰਾ ਕਹਿੰਦਾ ਰੋਸਾ ਜੀ 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 ਜੀ। ਬਹੁਤ ਸਾਰੇ ਅਜਿਹੇ ਲੀਡਰ ਨਿੱਜੀ ਤੌਰ ਤੇ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਟੈਲੀਫੋਨ ਤੇ ਸੰਪਰਕ ਕਰ ਰਹੇ ਨੇ ਕਿ ਉਹਨਾਂ ਦੇ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇ, ਲੇਕਿਨ ਨਵਜੋਤ ਸਿੰਘ ਸਿੱਧੂ ਹੋਣੀ ਆਪਣੇ ਸਾਥੀਆਂ ਵਾਸਤੇ ਡਟੇ ਹੋਏ ਨੇ ਕਿ ਪਹਿਲਾਂ ਉਹਨਾਂ ਦੀ ਬਹਾਲੀ, ਉਹਨਾਂ ਦਾ ਮਾਣ ਸਤਿਕਾਰ ਬਰਕਰਾਰ ਰੱਖਿਆ ਜਾਵੇ, ਫਿਰ ਅਗਲੀ ਗੱਲ ਕਰਾਂਗੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ
ਸਾਥੀ ਖੁਲਾਸਾ ਕਰ ਰਹੇ ਨੇ। ਹੁਣ ਸਵਾਲ ਆ ਕਿ ਇੱਕ ਪਾਸੇ ਕਾਂਗਰਸ ਪਾਰਟੀ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਕਾਹਲੀ ਆ, ਕਿਉਂਕਿ ਦੋ ਦਫ਼ਾ ਹੋ ਗਈ ਕਾਂਗਰਸ ਪਾਰਟੀ ਸੱਤਾ ਤੋਂ ਬਾਹਰ ਬੈਠੀ ਆ। ਜਿਸ ਹਿਸਾਬ ਦੇ ਨਾਲ ਕਾਂਗਰਸ ਪਾਰਟੀ ਦੇ ਹਾਲਾਤ ਨੇ, ਉਸ ਹਿਸਾਬ ਦੇ ਨਾਲ ਕਾਂਗਰਸ ਪਾਰਟੀ ਨੂੰ ਏਕਾ ਚਾਹੀਦਾ। ਲੇਕਿਨ ਫਿਲਹਾਲ ਸਵਾਲ ਆ ਕਿ ਜਿਹੜੇ ਕੱਢੇ ਗਏ ਨੇ ਉਹਨਾਂ ਦੀ ਵਾਪਸੀ ਕਿਉਂ ਨਹੀਂ ਹੁੰਦੀ, ਅਤੇ ਜੇ ਵਾਪਸੀ ਕਰਨੀ ਤਾਂ ਹਾਈਕਮਾਨ ਕਰੇ। ਨਵਜੋਤ ਸਿੰਘ ਸਿੱਧੂ ਦਾ ਧੜਾ ਚੋਪਾ, ਨਵਜੋਤ ਸਿੰਘ ਸਿੱਧੂ ਦਾ ਧੜਾ ਇਹ ਵੀ ਮਹਿਸੂਸ ਕਰ ਚੁੱਕਾ ਕਿ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵਾਸਤੇ ਨਤੀਜੇ ਜਾਂ ਨਤੀਜਿਆਂ ਨੂੰ ਲੈ ਕੇ ਜਿਹੜੇ ਸੰਕੇਤ ਨੇ ਉਹ ਚੰਗੇ ਨਹੀਂ ਆ। ਫਿਲਹਾਲ ਦੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੇ ਧੜੇ ਨੂੰ ਹਾਈਕਮਾਨ ਮਨਾਉਂਦੀ ਜਾਂ ਫਿਰ ਨਹੀਂ। ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।